ਹੈ ਸਰਕਾਰ ਵੱਲੋਂ। 7 ਤਰੀਕ ਨੂੰ ਕੋਡ ਆਫ ਕੰਡਕਟ ਲੱਗ ਗਿਆ ਸੀ, 15 ਤੋਂ 19 ਤੱਕ ਇਹਨਾਂ ਨੇ ਨੋਮੀਨੇਸ਼ਨਸ ਲੈਣੀਆਂ। ਅੱਜ 3 ਵਜੇ ਤੱਕ ਨੋਮੀਨੇਸ਼ਨ ਸੀਗੀਆਂ ਜਿਹੜੀਆਂ ਕਿ ਕੰਪਲੀਟ ਹੋ ਜਾਣਗੀਆਂ। ਉਹਦੇ ਵਿੱਚ ਵੀ ਸਾਡੇ ਡਿਸਟ੍ਰਿਕਟ ਲੈਵਲ ਦੇ ਆਫਿਸਰਸ ਨੇ ਬਿਲਕੁਲ ਠੀਕ ਰੱਖੇ ਵੀ 3 ਵਜੇ ਤੱਕ ਜਿੰਨੇ ਬਾਹਰ ਬੰਦੇ ਖੜ੍ਹੇ ਨੇ ਉਹਨਾਂ ਦੀ ਵੀਡੀਓਗ੍ਰਾਫੀ ਕਰ ਲਓ, ਕਿਉਂਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਕਿਸੇ ਦਾ ਕੋਈ ਪੇਪਰ ਨਾ ਰਹੇ। ਉਹਨਾਂ ਦੇ ਪੇਪਰ ਭਾਵੇਂ 4 ਵਜੇ 5 ਵਜੇ ਉਹਨਾਂ ਦੇ ਸਾਰੇ ਪੇਪਰ ਲੈਣਗੇ। ਕੱਲ੍ਹ ਨੂੰ ਸਕਰੂਟਨੀ ਹੈ ਜੋ ਕਿ 11 ਵਜੇ ਤੋਂ ਲੈ ਕੇ 3 ਵਜੇ ਤੱਕ ਹੋਏਗੀ। ਉਸ ਤੋਂ ਬਾਅਦ ਸਾਰਾ ਦੱਸ ਦਿੱਤਾ ਜਾਏਗਾ ਵੀ ਕਿਹਨਾਂ ਦੇ ਪੇਪਰ ਸਾਰੇ ਪਾਸ ਹੋ ਗਏ ਨੇ, ਅਤੇ ਪਰਸੋਂ ਨੂੰ ਵਿਡਰੋਲ ਹੈ। ਉਸ ਤੋਂ ਬਾਅਦ ਵਿਡਰੋਲ ਤੋਂ ਬਾਅਦ ਜਿੰਨੇ ਕੰਟੈਸਟੈਂਟ ਕੈਂਡੀਡੇਟ ਰਹਿ ਜਾਣਗੇ ਉਹਨਾਂ ਨੂੰ ਚੋਣ ਨਿਸ਼ਾਨ ਅਲਾਟ ਕਰਕੇ ਬੈਲਟ ਪੇਪਰ ਹੋ ਜਾਣਗੇ। 29 ਨੂੰ ਸਾਡੀ ਪਾਰਟੀਸ ਡਿਸਪੈਚ ਹੋ ਜਾਣਗੀਆਂ, 30 ਨੂੰ ਸਾਡੀ ਪੋਲਿੰਗ 8 ਤੋਂ 4 ਵਜੇ ਤੱਕ ਹੈ। ਰਿਜ਼ਲਟ ਮੌਕੇ ਦੇ ਉੱਤੇ ਹੀ ਉਹੀ ਪ੍ਰੈਜ਼ਾਈਡਿੰਗ ਆਫਿਸਰ ਨੇ ਲੈ ਕੇ ਆਉਣਾ। ਉਸੇ ਦਿਨ ਸਾਡੀ ਇਹ ਵਾਲੀ ਸਾਰੀ ਜਿਹੜੀ ਪ੍ਰਕਿਰਿਆ ਹੈ ਇਲੈਕਸ਼ਨ ਦੀ ਪੂਰੀ ਕਰਨੀ ਹੈ। ਬੜਾ ਫੇਅਰ ਇਲੈਕਸ਼ਨ ਹੋ ਰਿਹਾ, ਕਿਉਂਕਿ ਇੱਥੋਂ ਮੈਨੂੰ ਆਈ ਥਿੰਕ 1600 ਦੇ ਕਰੀਬ ਕਰੀਬ ਮੈਂ NOC ਜਾਰੀ ਕੀਤੇ ਆ, ਜਿਹਦੇ ਵਿੱਚ ਮੈਨੂੰ ਲੱਗਦਾ ਵੀ ਕਿਸੇ ਵੀ ਬੰਦੇ ਨੂੰ ਕੋਈ ਪਰੇਸ਼ਾਨੀ ਨਹੀਂ ਆਈ। ਬੜੀ ਵਧੀਆ ਟੀਮ ਤਰੀਕੇ ਨਾਲ ਬਿਠਾਈ ਹੋਈ ਸੀ। ਪਹਿਲਾਂ ਸੈਕਟਰੀ ਬੈਠਾ ਸੀ, ਉਸ ਤੋਂ ਬਾਅਦ ਸਾਡੇ JEE ਬੈਠੇ ਸੀਗੇ, JEE ਤੋਂ ਬਾਅਦ ਸਾਡੇ SCBO ਬੈਠੇ ਸੀ, SCBO ਤੋਂ ਬਾਅਦ ਮੇਰੇ ਕੋਲ ਫੋਰਮ ਆਉਂਦਾ ਸੀ, ਨਾਲ ਹੀ ਮੇਰੇ ਕੋਲ ਫੋਰਮ ਨਿਕਲ ਕੇ ਉਸੇ ਵੇਲੇ ਡਿਸਪੈਚ ਲੱਗ ਜਾਂਦਾ ਸੀ। ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਇਸ ਆਫਿਸ ਦੇ ਵਿੱਚ ਕੋਈ ਵੀ ਸਰ ਕਿੰਨੇ ਕੁ ਜਿਹੜੇ ਫੋਰਮ ਹੈ ਤੁਹਾਡੇ ਆਈਡੀਆ ਨਾਲ ਮਾੜਾ ਛੋਟਾ ਮਾੜਾ ਰਫਲੀ ਆੜੇ ਕਿੰਨੇ ਕੁ ਫੋਰਮ ਫਿਲ ਕੀਤੇ ਹੋਣਗੇ? 1600 ਦੇ ਨੀਅਰ ਅਬਾਊਟ ਮੇਰੇ ਕੋਲ NOC ਗਏ ਨੇ। ਅੱਛਾ, ਤੇ ਆਈ ਥਿੰਕ ਜਿਨ੍ਹਾਂ ਨੇ NOC ਲਿੱਤੇ ਨੇ ਫੋਰਮਸ ਦਾ ਤੁਹਾਨੂੰ ਪਤਾ ਕੱਲ੍ਹ ਦੀ ਫਿਗਰ ਸੀਗੀ, ਉਹ ਜਿਹੜੇ SDM ਸਾਹਿਬ ਤੁਹਾਨੂੰ ਦੱਸ ਰਹੇ ਆਈ ਥਿੰਕ 374 ਉਸ ਵੇਲੇ ਪੰਚਾਂ ਦੇ ਸ਼ਾਮੀ ਦੱਸ ਰਹੇ ਸੀ, ਠੀਕ ਹੈ, ਅਤੇ 50-52 ਉਹਨਾਂ ਨੇ ਉਸ ਵੇਲੇ ਦੱਸੇ ਸੀ। ਅੱਜ ਤਾਂ ਮੈਨੂੰ ਲੱਗਦਾ ਸਾਰੀ ਤਕਰੀਬਨ ਕੰਪਲੀਸ਼ਨ ਹੋ ਕੇ ਰਾਤ ਨੂੰ ਜਿੱਦਾਂ ਵੀ 6-7 ਵਜੇ ਤੱਕ ਜਿਹੜੀ ਫਾਈਨਲ ਰਿਪੋਰਟ ਹੋਏਗੀ ਵੀ ਕਿੰਨੇ ਕੰਟੈਸਟੈਂਟ ਕੈਂਡੀਡੇਟ ਇਸ ਵੇਲੇ ਸਰਪੰਚੀ ਵਾਸਤੇ। ਸਰ NOC ਦੀ ਲੋੜ ਪੁਰਾਣੇ ਜਿਹੜੇ ਕੈਂਡੀਡੇਟ ਪਹਿਲਾਂ ਬਣੇ ਉਹਨੂੰ ਵੀ ਲੋੜ ਪੈਂਦੀ ਕਿ ਨਵੇਂ ਨੂੰ ਵੀ ਲੋੜ ਪੈਂਦੀ ਹੈ? ਨਵੇਂ ਨੂੰ ਇੱਦਾਂ ਹੈ ਚੁੱਲ੍ਹਾ ਟੈਕਸ ਜ਼ਰੂਰੀ ਹੈ, ਹਾਂਜੀ, ਚਲੋ ਦੇ ਦਿੱਤਾ ਜਾਏ, ਠੀਕ ਹੈ, ਅਤੇ ਉਹਦੇ ਵਾਸਤੇ ਇਹ ਹੋ ਜਾਂਦਾ ਵੀ ਚਲੋ ਇਹਦੇ ਵੱਲ ਵੀ ਕੋਈ ਵੀ ਟੈਕਸ ਨਹੀਂ ਹੈ, ਇਸ ਕਰਕੇ ਉਹਦੇ ਵਿੱਚ ਅਸੀਂ ਉਹਨਾਂ ਦੇ ਕੋਲੋਂ SC ਦੇ ਕੋਲੋਂ ਇਹਨਾਂ ਨੇ ਸਾਡੇ ਸੈਕਟਰੀ ਸਾਹਿਬਾਨ ਨੇ 35 ਰੁਪਏ ਦੀ ਰਸੀਦ ਕੱਟੀ ਹੈ, ਅਤੇ ਦੂਸਰਿਆਂ ਕੋਲੋਂ 70 ਰੁਪਏ ਦੀ ਹੈ, ਜਿਹੜੀ ਕਿ ਉਹ ਪਿੰਡ ਦੇ ਸਿਰਫ ਬੈਨੀਫਿਟ ਲਈ ਹੈ। ਇਹਨਾਂ ਨੂੰ ਮੈਂ ਕਹਿ ਦਿੱਤਾ ਕਿ ਕੱਲ੍ਹ ਨੂੰ ਮੈਨੂੰ ਇਹ ਡਿਟੇਲ ਬਣਾ ਦਿਓ ਪਿੰਡ ਦੇ ਵਿੱਚ ਤੁਸੀਂ ਵੀ SC ਵਾਸਤੇ ਕਿੰਨੀਆਂ ਰਸੀਦਾਂ ਕੱਟੀਆਂ ਅਤੇ ਜਨਰਲ ਵਾਸਤੇ ਕਿੰਨੀਆਂ ਕੱਟੀਆਂ, ਜਿੰਨੇ ਵੀ ਪੈਸੇ ਹੋਣਗੇ ਉਹ ਵਿਦਨ 1 or 2 ਡੇਜ਼ ਆਫ ਬਾਈ ਮੰਡੇ ਇਹ ਸਾਰੇ ਅਸੀਂ ਉਸ ਵੇਲੇ ਪੰਚਾਇਤਾਂ ਦੇ ਵਿੱਚ ਜਮ੍ਹਾਂ ਕਰਾਂਗੇ। ਜਨਤਾ ਨੂੰ ਤੁਸੀਂ ਇਹ ਜੋ ਇਲੈਕਸ਼ਨ ਹੋ ਰਹੇ ਉਹਨਾਂ ਨੂੰ ਕੀ ਅਪੀਲ ਕਰਨਾ ਜਾਂ ਕੀ ਮੈਸੇਜ ਦੇਣਾ ਚਾਹੁੰਦੇ ਸਰ? ਮੈਂ ਤਾਂ ਇਹੀ ਉਹਨਾਂ ਨੂੰ ਅਪੀਲ ਕਰਾਂਗਾ ਕਿ ਨਿਰਪੱਖ ਤਰੀਕੇ ਦੇ ਨਾਲ ਵੋਟ ਪਾਓ, ਆਪਣੇ ਟਾਈਮ ਸਿਰ ਉੱਥੇ ਪਹੁੰਚੋ, ਕੋਈ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਏਗੀ। ਸਾਡਾ ਇੱਥੇ ਦਾ ਜਿਹੜਾ ਪ੍ਰਸ਼ਾਸਨ ਆ, DC ਸਾਹਿਬ, ADC ਸਾਹਿਬ, ਸਾਡੇ SDM ਸਾਹਿਬ, ਉਹਨਾਂ ਨੇ KRO ਲਗਾਈ ਨੇ, ਬਹੁਤ ਹੀ ਢੰਗ ਦੇ ਨਾਲ ਕੰਮ ਕਰ ਰਹੇ ਨੇ। ਮੈਂ ਆਪਣੇ DC ਸਾਹਿਬ ਦਾ ਔਰ ਆਪਣੇ ADC ਸਾਹਿਬ ਦਾ, ਆਪਣੇ SDM ਸਾਹਿਬ ਦਾ ਇੰਨਾ ਧੰਨਵਾਦ ਕਰਦਾ, ਕਿਉਂਕਿ ਸਾਨੂੰ ਕਿਤੇ ਵੀ ਕੋਈ ਵੀ ਤਰ੍ਹਾਂ ਦੀ ਮਾੜੀ ਜਿਹੀ ਵੀ ਕੋਈ ਪਰੇਸ਼ਾਨੀ ਆਵੇ ਅਤੇ ਉਹ ਮੈਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਹੱਲ ਕਰਦੇ ਨੇ। ਜਤਿੰਦਰ ਜੋਰਵਾਲ ਜੀ ਜਿਹੜੇ ਓਵਰਆਲ ਇੰਚਾਰਜ ਨੇ, ਉਹ ਸਾਨੂੰ ਇੰਨੇ ਵਧੀਆ ਵਧੀਆ ਨਾਲ ਹੀ ਨਾਲ ਸਾਨੂੰ ਅਪਡੇਟ ਕਰ ਰਹੇ ਨੇ, ਸਪਰੈਡਸ਼ੀਟ ਬਣਾ ਦਿੱਤੀ ਹੈ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ। ਅਸੀਂ ਆਪਣੇ ਜਿਹੜੇ ਵਟਸਐਪ ਗਰੁੱਪ